ਹਰ ਵਕਤ ਮਾੜੀਆਂ ਗੱਲਾਂ ਨਾਲ ਸੋਚਦੀ ਰਿਹਾ ਕਰ ਮੈਂ ਮਾੜੀਆਂ ਗੱਲਾਂ ਕਾਹਨੂੰ ਸੋਚਦਾ ਪੰਜਾਬੀ ਸੂਟ ਪਾਇਆ ਕਿੰਨਾ ਸੋਹਣਾ ਲੱਗਦਾ ਗਾ ਨਾ ਹਾਂਜੀ ਉਹਨੇ ਮੇਰੇ ਤੋਂ ਚੁੰਨੀ ਠੀਕ ਆ ਰਹੀ ਸੀ ਮੈਂ ਤਾਂ ਕਰਕੇ ਦੀਦੀ ਨੂੰ ਬੁਲਾਇਆ ਸੀ ਮੈਨੂੰ ਤਾਂ ਐਸੀ ਵੀ ਮਣਾ ਹੀ ਕਰੀ ਜਾਵੇਂਗੀ ਜੀਨ ਪਾਉਣ ਕੰਨੂ ਨਹੀਂ ਬੇਬੀ ਝਾੜੂ ਕਿੱਥੇ ਹੈ ਝਾੜੂ ਲੈ ਹਾਂਜੀ ਮੈਨੂੰ ਤਾਂ ਪਤੀ ਨਹੀਂ ਸੀ ਵੀ ਸ਼ਹਿਰੀਆਂ ਵੀ ਕੰਮ ਕਰਦੀਆਂ ਹੋਣਗੀਆਂ ਮੇਰੇ ਸਮਾਨ ਤਾਂ ਚੱਕੀ ਅੰਦਰੋਂ ਝਾੜੂ ਲਾਉਣੇ ਰਹਿ ਗਏ ਮੈਨੂੰ ਝਾੜੂ ਦੱਸ ਦਿਓ ਇੱਥੇ ਦੇਖ ਲੈ ਭਈ ਇੱਥੇ ਪਿਆ ਹੁਣ ਉਹ ਐਂ ਦੇਖ ਕੇ ਕਿਤੇ ਗਲਤ ਕਰਨਾ ਨਾ ਮਨ ਚ ਸੋਚਿਆ ਕਰ ਬੇਬੇ ਤਾਂ ਬਸ ਐਂ ਸੋਚਦੀ ਸੀ ਵੀ ਸ਼ਹਿਰ ਆ ਲਈਏ ਤਾਂ ਕੰਮ ਹੀ ਨਹੀਂ ਕਰਦੀ ਉਹ ਅਗਲਾ ਆਪਦਾ ਮਾਂ-ਬਾਪ ਸਾਰਾ ਕੁਝ ਸਿਖਾ ਪੜਾ ਕੇ ਭੇਜਦਾ ਵੇ ਸ਼ਹਿਰ ਦੀਆਂ ਕੁੜੀਆਂ ਕਿਹੜੇ ਕੰਮ ਕਰਦੀਆਂ ਨੇ ਅਗਲੇ ਦੇ ਮਾਪਿਓ ਆਪ ਹੀ ਕਰ ਲੈਂਦੇ ਨੇ ਹੁਣ ਤੁਹਾਨੂੰ ਕਿਹੜਾ ਪਤਾ ਨਹੀਂ ਉਹ ਸ਼ਹਿਰੀ ਬਾਹਰ ਅੰਦਰ ਪੜਾਈਆਂ ਨਹੀਂ ਖਾਈਆਂ ਤੇ ਨੇ ਇਹ ਤਾਂ ਸੁਹਾਗ ਜੀ ਵੀ ਬਾਲੀ ਵਗੀ ਲੱਗਦੇ ਤੇ ਕੰਮ Thank you.
ਹੋ ਜਾਏਗਾ ਦਿੱਲੀ ਵਾਲੀ ਬਣਾਉਂਦੇ ਹੋਗੇ ਤੁਸੀਂ ਆਪੀ ਪਾ ਕੇ ਬਣਾ ਕੇ ਚਕਾਦਾ ਕਰਨਗੇ ਹੈ ਆਪੀ ਪਾ ਕੇ ਬਣਾ ਕੇ ਚਕਾ ਲੈਣਗੇ ਤੂੰ ਵੀ ਲਿਆ ਬੱਚਾ ਸਾਡੇ ਅਸੀਂ ਆਪੀ ਚੁਕਾਈ ਆ ਕਿਹੜਾ ਮਰਜ਼ੀ ਚਾਚਾ ਤੂੰ ਵੀ ਲਾ ਲਾ ਪੱਲੀ ਆ ਜਾ ਇੱਧਰ ਖਿੱਚੋ ਕੰਮ ਦਾ ਵਾਦਾ ਇਧਰਲੀ ਜੀ ਸਿੱਟ ਲਿਓ ਪਹਿਲਾਂ ਬਾਅਦ ਚ ਪਾਰਾਂ ਚ ਪਾ ਲਾਂਗੇ ਠੀਕ ਹੈ ਉਹ ਲੈ ਆ ਪੱਲੀਆਂ ਕਿੰਨਾ ਕੁ ਰਹਿ ਗਿਆ ਉਹ ਵਾਹ ਹੁਣ ਤਾਂ ਸਿੱਧੀ ਆ ਪਾਸੀਆਂ ਦੋ ਪਿੰਡਾਂ ਇਹਨਾਂ ਤੂੰ ਅੰਦਰ ਕਈ ਪਾਸੇ ਉਹਨਾਂ ਨੂੰ ਕਹਿ ਚਾਹ ਚੋ ਉਹਨੂੰ ਦੂਜੀ ਟਰਾਲੀ ਸੀ ਤੀਜੀ ਉਹ ਦੂਜੀ ਆ ਇਹ ਤੀਜੀ ਕਿੱਥੇ ਆ ਜੇ ਮੈਂ ਚਾਹ ਨੂੰ ਕਹਾਂ ਜਾ ਕੇ ਚੱਲ ਮੈਂ ਚਾਹ ਨੂੰ ਕਹਿੰਦਾ ਲੈ ਲੈ ਪੁੱਤ ਥੱਲੇ ਹੋਰ ਲੈ ਲੋ ਹੈਗੇ ਨੇ ਥੱਲੇ ਕਿ ਟਰਾਲੀ ਲੈ ਕੇ ਆਉਣ ਵਾਲੇ ਹੋਣਗੇ ਉਹ ਤਾਂ